स्क्रोल पंजाब नाल जुड़े हो तुसीं, मैं अमनदीप सिंह गड़ी, तुसीं देख सकते हो इत्थे शहीद गुरुद्वारे दे सामने जिम ट्रेनर वाले ने जिहड़ा है इत्थे धरना लगा दिता गया, क्योंकि सरकार वल्लों करोना दे चलदे हदायतां जारी कीतियां गईआं सी, जिमां नूं जिहड़ा बंद कर दिता गया है, पिछले साल भी बंद कीता गया सी, पर इत्थे नौजवान ते जिहड़े जिम ट्रेनर आ उन्होंने अपना रोस जिहड़ा जाहिर कीता, तुसीं देख सकते हो इत्थे लाइव तस्वीरां, किन्ने नौजवान जिहड़े इत्थे पहुंचे हो, आपां गल्लबात करांगे ना। तो साडे नाल वीर जुड़े हुए ने, वीर की लगदा सरकार जिहड़ी है जिमां नूं हरेक वार निशाने जिहड़े क्यों बणाउंदी है जी? ये सिर्फ एक सरकार की एक मुहिम है कि भाई असी कुछ ना कुछ कर रहे हैं। इस टाइम पर पंजाब सरकार का ऑर्डर है कि सिर्फ स्विमिंग पूल, जिम ते एक स्टेडियम, स्टेडियम जिहड़े सरकार दे अपने ने वह बंद किए हुए ने, स्विमिंग पूल सर्दी का मौसम है कोई स्विमिंग पूल नहीं जाके रहा जी, तो एक जिम बंद किए हुए ने जिदे पिछे कोई साइंटिफिक रीजन नहीं है। सिर्फ हिंदुस्तान नहीं पूरे वर्ल्ड दे विच कदे करोना का कोई केस इदा का नहीं आया जिहड़ा जिम तो चलिया हो, जिम तो किसी नूं करोना होया हो। सारा कुछ खुला है, तुसीं देखोगे रेस्टोरेंट खुले ने, स्पा खुले ने, मॉल खुले है, सैलून खुले है, कोई यह जी चीज़ ही नहीं जिहड़ी बंद नहीं हैगी, सिर्फ जिमां नूं छड्ड के। ਤੁਹਾਡੇ ਕੋਲ ਪੇ ਕੋਈ ਇਸ ਤਰ੍ਹਾਂ ਦੇ ਵੀ ਆਉਂਦੇ ਜਿਹੜੇ ਨੌਜਵਾਨ ਜਿਹੜੇ ਖੁਦ ਕਰੋਨਾ ਪੇਸ਼ੈਂਟ ਹੁੰਦੇ ਆ ਤੁਹਾਡੀ ਜਿਮ ਦੇ ਵਿੱਚ ਜਾਂ ਫਿਰ ਇਸ ਕਰਕੇ ਜਿਮ ਸਵਾਦ? ਤੁਸੀਂ ਮੈਨੂੰ ਆਪ ਦੱਸੋ, ਤੁਸੀਂ ਇੱਕ ਬੰਦੇ ਹੋ ਜਿਹੜਾ ਬੰਦਾ ਐਕਸਰਸਾਈਜ਼ ਕਰਨ ਆ ਰਿਹਾ, ਜੇ ਉਹਦਾ ਸਰੀਰ ਨਹੀਂ ਠੀਕ, ਉਹ ਬਿਮਾਰ ਹੈ ਜਾਂ ਉਹਨੂੰ ਖੰਘ ਹੈ ਜਾਂ ਉਹਨੂੰ ਜ਼ੁਕਾਮ ਹੈ, ਕੀ ਉਹ ਐਕਸਰਸਾਈਜ਼ ਕਰ ਪਾਊਗਾ? ਉਹਦਾ ਸਰੀਰ ਸਾਥ ਦਊਗਾ? ਜਿਹੜਾ ਕਰੋਨਾ ਪੋਜ਼ਿਟਿਵ ਹੈ, ਬੁਖਾਰ ਆ, ਉਹ ਫਿਰ ਵੀ ਮੂਵੀ ਦੇਖਣ ਚੱਲੂ ਜੂਗਾ, ਫਿਰ ਵੀ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਚੱਲ ਜੂਗਾ, ਬਟ ਉਹ ਐਕਸਰਸਾਈਜ਼ ਤਾਂ ਉਤੋਂ ਹੋਣੀ ਨਹੀਂ, ਉਹਦੇ ਸਰੀਰ ਨੇ ਹੀ ਸਾਥ ਨਹੀਂ ਦੇਣਾ, ਅਤੇ ਬਿਮਾਰ ਬੰਦਾ ਤਾਂ ਕਦੇ ਜਿੰਮ 'ਚ ਆਉਂਦਾ ਹੀ ਨਹੀਂ ਹੈਗਾ ਜੀ। ਜੇ ਆਪਾਂ ਟੈਸਟ ਭਾਜੀ ਅੱਗੇ ਵੀ ਹੋਰ ਇਹਨੂੰ ਅੱਗੇ ਲੈ ਕੇ ਜਾਓਗੇ ਤੁਸੀਂ? ਇਹ ਅੱਜ ਸਾਡੀ ਸ਼ੁਰੂਆਤ ਹੈ, ਕਿਉਂਕਿ ਅਸੀਂ ਬਹੁਤ ਦੇਰ ਤੋਂ ਚੁੱਪ ਬੈਠੇ ਸੀਗੇ, ਅਸੀਂ ਬਹੁਤ, ਸਾਡੇ ਵੀ ਕਿਰਾਏ ਹੈਗੇ ਆ ਦੇਣ ਵਾਲੇ, ਇੱਥੇ ਵੱਡੇ ਵੱਡੇ ਜਿੰਮ ਨੇ, ਅਸੀਂ ਵੀ ਲੋਨ ਲਿੱਤੇ ਹੋਏ ਨੇ, ਸਾਡਾ ਸਟਾਫ ਹੈ, ਜਦੋਂ ਸਾਡੇ ਤੋਂ ਸੈਲਰੀਆਂ ਮੰਗਦਾ ਸਾਨੂੰ ਵੀ ਜਵਾਬ ਦੇਣਾ ਪੈਂਦਾ, ਅਸੀਂ ਕਿੱਥੋਂ ਦੇਵਾਂਗੇ? ਸਾਨੂੰ ਸਰਕਾਰ ਨੇ ਅੱਜ ਤੱਕ 2 ਸਾਲ ਹੋ ਗਏ ਇਸ ਇੰਡਸਟਰੀ ਨੂੰ ਕੋਈ ਲੋਨ, ਕੋਈ ਇਹਨਾਂ ਨੇ ਸਾਨੂੰ ਮੋਰੀਟੋਰੀਅਮ ਨਹੀਂ ਦਿੱਤਾ ਹੈਗਾ ਹਜੇ ਤੱਕ, ਅਤੇ ਇਹ ਹੁਣ ਲੰਬਾ ਹੀ ਚੱਲੂਗਾ, ਕਿਉਂਕਿ ਹੁਣ ਅਸੀਂ ਪੂਰੀ ਐਸੋਸੀਏਸ਼ਨ, ਪੂਰਾ ਪੰਜਾਬ, ਅੱਜ ਤਾਂ ਸਾਰਾ ਮੋਹਾਲੀ ਅਤੇ ਚੰਡੀਗੜ੍ਹ ਇਕੱਠਾ ਹੋਇਆ, ਕੱਲ੍ਹ ਨੂੰ ਅਸੀਂ ਪੂਰੇ ਪੰਜਾਬ, ਉਸ ਤੋਂ ਬਾਅਦ ਪੂਰਾ ਹਿੰਦੁਸਤਾਨ ਵੀ ਇਕੱਠਾ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ। ਸੋ ਦੇਖ ਸਕਦੇ ਹੋ ਕਿ ਇੱਥੇ ਧਰਨਾ ਜਿਹੜਾ ਜਿਮ ਟ੍ਰੇਨਰ ਵੱਲੋਂ ਲਗਾ ਦਿੱਤਾ ਗਿਆ ਆ, ਕਿਉਂਕਿ ਜਿਹੜਾ ਆ ਤੁਹਾਨੂੰ ਪੰਜਾਬ ਸਰਕਾਰ ਮੁਰਦਾਬਾਦ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਕੀ ਲੱਗਦਾ ਕਿ ਜਿਮ ਵਾਲਿਆਂ ਨਾਲ ਧੱਕਾ ਹੋ ਰਿਹਾ ਲਗਾਤਾਰ, ਸਰਕਾਰ ਜਿਹੜੀ ਆ ਜਿਮ ਜਿੱਥੋਂ ਜਾ ਕੇ ਬੰਦਾ ਫਿੱਟ ਹੁੰਦਾ ਸਰਕਾਰ ਉਹਨੂੰ ਬੰਦ ਕਰਵਾ ਰਹੀ ਹੈ? ਬਿਲਕੁਲ ਬਾਈ ਜੀ, ਇਹ ਤਾਂ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ, ਸਾਰੀ ਜਨਤਾ ਨੂੰ ਪਤਾ ਵੀ ਧੱਕਾ ਤਾਂ ਦੇਖੋ ਹੁਣ ਪਿਛਲੀ ਵਾਰ ਕੋਲੋਂ ਕਿਰਾਏ ਭਰੇ ਆ, ਬਿਜਲੀ ਦੇ ਬਿੱਲ ਭਰੇ ਆ, ਜਾਂ ਸਰਕਾਰ ਕੋਈ ਸਾਨੂੰ ਮੁਆਵਜ਼ਾ ਦੇਵੇ ਜੀ, ਹੈ ਨਾ, ਕੋਈ ਪੈਸਾ ਨਹੀਂ ਮਿਲਦਾ। ਹੁਣ ਵੀ 90% ਜਿੰਮਾਂ ਰੈਂਟ 'ਤੇ ਹੈ, ਪਾਣੀ ਦੇ ਬਿਜਲੀ ਦੇ ਬਿੱਲ ਵੀ ਆ ਰਹੇ ਹੈ ਤਕਰੀਬਨ, ਕੋਈ ਸਾਨੂੰ ਸਹਾਇਤਾ ਸਰਕਾਰ ਵੱਲੋਂ ਹੈ ਨਹੀਂ। ਇਹ ਗਾਈਡਲਾਈਨਸ ਜਾਰੀ ਕਰਨੀਆਂ ਚਾਹੀਦੀਆਂ ਵੀ ਜਿਨ੍ਹਾਂ ਦੇ ਇੰਜੈਕਸ਼ਨ ਲੱਗੇ ਹੈ, ਵੈਕਸੀਨ ਲੱਗੀ ਹੈ ਕਰੋਨਾ ਦੀ, ਉਹਨਾਂ ਨੂੰ ਸਰਟੀਫਿਕੇਟ ਦੇਖ ਕੇ ਜਿੰਮ ਅਟੈਂਡ ਕਰਾਈ ਜਾਵੇ ਜੀ ਜੀ। ਇਹ ਤਾਂ ਤੁਸੀਂ ਵੀ ਜਦੋਂ ਸਾਰਾ ਸਿਸਟਮ ਖੁੱਲ੍ਹਾ ਤਾਂ ਜਿੰਮ 'ਤੇ ਪਹਿਲ ਦੇ ਆਧਾਰ 'ਤੇ ਕਿਉਂ ਬੰਦ? ਹਾਲਾਂਕਿ ਪ੍ਰੈਕਟਿਸ ਸਭ ਤੋਂ ਜ਼ਰੂਰੀ ਹੈ ਖੇਡਾਂ ਲਈ, ਗੇਮ, ਕੋਈ ਬੱਚਾ ਕਿਵੇਂ ਕਰੂਗਾ ਜਦੋਂ ਸਾਰੀਆਂ ਜਿੰਮਾਂ ਬੰਦ ਨੇ? ਤੁਸੀਂ ਭਾਈ ਪ੍ਰਸ਼ਾਸਨ ਨਾਲ ਨਹੀਂ ਸੰਪਰਕ ਕੀਤਾ ਕਿ ਅਸੀਂ ਪ੍ਰੋਪਰ ਜਿਹੜਾ ਆ ਉੱਥੇ ਜਿਹੜੀ ਕਰੋਨਾ ਦੀਆਂ ਹਦਾਇਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਜਿੰਮਾਂ ਖੋਲ੍ਹ ਰਹੇ ਹਾਂ ਜੀ? ਦੇਖੋ, ਪਹਿਲਾਂ ਵੀ ਪਿਛਲੀ ਵਾਰ ਵੀ ਪ੍ਰੋਟੈਸਟ ਹੋਏ ਆ, ਤੁਹਾਨੂੰ ਵੀ ਪਤਾ, ਹੁਣ ਵੀ ਜਦੋਂ ਕੋਈ ਸੁਣਦਾ, ਹੁਣ ਇਲੈਕਸ਼ਨ ਕਮਿਸ਼ਨ ਹੈ ਇਸ ਟਾਈਮ, ਇਲੈਕਸ਼ਨ ਕਮਿਸ਼ਨ ਦੇ ਅੰਡਰ ਹੈ ਸਾਰਾ ਪੰਜਾਬ ਵੀ ਲਾ ਲਓ, ਵੀ ਇਲੈਕਸ਼ਨਾਂ ਨੇ ਇਹ ਇਲੈਕਸ਼ਨ ਕਮਿਸ਼ਨ ਸੈਂਟਰ ਦਾ, ਸੋ ਉਹਨਾਂ ਨੂੰ ਆਪਾਂ ਇਸੇ ਲਈ ਜਾਗਰੂਕ ਕਰਨ ਆਏ ਹਾਂ ਵੀ ਜਾਰੀ ਕਰਨ, ਇਹ ਗਾਈਡਲਾਈਨਸ ਜਾਰੀ ਕਰਨ ਵੀ ਤਾਂ ਕਿ ਆਪਾਂ ਜਿੰਮ ਖੋਲ੍ਹ ਸਕਣ, ਤਾਂ ਕਿ ਸਾਰਿਆਂ ਦਾ ਰੁਜ਼ਗਾਰ ਚੱਲੇ, ਨਹੀਂ ਤਾਂ ਫਿਰ ਤੁਹਾਨੂੰ ਪਤਾ ਹਾਲਾਤ ਬਹੁਤ ਮਾੜੇ ਹੋ ਜਾਣਗੇ, ਕਿਉਂਕਿ ਰੈਂਟ ਦੇਣਾ ਤੁਹਾਨੂੰ ਪਤਾ, ਅਗਰ ਜਿੰਮ ਕਰਨੀ ਹੈ ਲੱਖ ਲੱਖ ਰੁਪਇਆ ਰੈਂਟ ਹੈ ਤਾਂ ਉਹ ਸਰਕਾਰ ਨੇ ਤਾਂ ਦੇਣੇ ਨਹੀਂ ਹੈ, ਠੀਕ ਹੈ। ਸੋ ਸਾਡੀ ਇਹੀ ਬੇਨਤੀ ਹੈ, ਸਾਨੂੰ ਸਰਕਾਰ ਨੂੰ ਅਪੀਲ ਹੈ, ਨਹੀਂ ਫਿਰ ਹੋਰ ਅਸੀਂ ਤਕੜਾ ਪ੍ਰੋਟੈਸਟ ਕਰਾਂਗੇ। ਮਤਲਬ ਕਿ ਅੱਜ ਜਾਮ ਲਾਇਆ ਅੱਗੇ, ਹੋਰ ਵੀ ਫਿਲਹਾਲ ਤੁਸੀਂ ਚੰਡੀਗੜ੍ਹ ਮੋਹਾਲੀ 'ਚ ਕਰ ਰਹੇ ਜਾਂ ਪੰਜਾਬ 'ਚ ਹੋਰ ਥਾਵਾਂ 'ਤੇ ਵੀ ਹੋ ਰਿਹਾ? ਨਹੀਂ, ਤਕਰੀਬਨ ਕਈ ਥਾਵਾਂ 'ਤੇ ਹੋ ਰਿਹਾ, ਕਿਉਂਕਿ ਸਰਕਲ 'ਚ ਸਾਡੀ ਗੱਲਬਾਤ ਚੱਲਦੀ ਰਹਿੰਦੀ ਹੈ। ਸੋ ਹੁਣ ਅਸੀਂ ਅੱਗੇ ਹੋਰ ਤੇਜ਼ ਕਰਾਂਗੇ ਇਹਨੂੰ, ਨਹੀਂ ਤਾਂ ਗਾਈਡਲਾਈਨਸ ਜਾਰੀ ਕਰ, ਜਿੰਮਾਂ ਖੋਲ੍ਹੀਆਂ ਜਾਣ ਤਾਂ ਕਿ ਸਾਰਿਆਂ ਨੂੰ ਰਹਿਤ ਮਿਲੇ, ਮਤਲਬ ਜਾਂ ਫਿਰ ਸਰਕਾਰ ਸਾਡੇ ਨਾਲ ਖੜ੍ਹੇ, ਸਾਨੂੰ ਮੁਆਵਜ਼ਾ ਦੇਵੇ, ਕੋਈ ਬਿੱਲ ਮਾਫੀ ਕਰੇ ਰੈਂਟ, ਜਿੰਨਾ ਦੇਰ ਕਰੋਨਾ ਕਾਲ ਹੈ ਜਾਂ ਜੋ ਵੀ ਹੈ ਉਦੋਂ ਤੱਕ ਕਿਰਾਇਆ ਮਾਫ ਹੋਵੇ ਸਾਡਾ। ਸਾਨੂੰ ਹਦਾਇਤਾਂ ਕੋਈ ਜਾਰੀ ਨਹੀਂ ਕਰਦੀ ਸਰਕਾਰ, ਸਿਰਫ ਇੱਦਾਂ ਹੀ ਪਤਾ ਲੱਗਦਾ ਵੀ ਜਿੰਮਾਂ ਬੰਦ ਹੋ ਗਈਆਂ ਜੀ। ਇੱਦਾਂ ਤੁਹਾਡੇ ਭਾਈ ਟ੍ਰੇਨਰਾਂ ਦੇ ਨਾਲ ਹੋਰ ਵੀ ਜਿਹੜੇ ਨੌਜਵਾਨ ਤੁਹਾਡੇ ਨਾਲ ਆਏ ਹੋਏ ਆ ਜਿਹੜੇ ਜਿੰਮ ਵਗੈਰਾ ਕਰਨ ਆਉਂਦੇ, ਉਹ ਵੀ ਤੁਹਾਡੇ ਨਾਲ ਇੱਥੇ ਸਪੋਰਟ ਕਰਨ ਆਏ ਹੋਏ? ਹਾਂਜੀ ਹਾਂਜੀ, ਇਹ ਦੇਖੋ ਓਨਰ ਖੜ੍ਹੇ ਆ ਇਹ ਸਾਰੇ,
हेलो सारू मनु तकरीबन 21 साल हो गए इस लाइन च। तो पहली गल तो यह भी जोड़ा बंदा फिट नहीं होएगा, जे किसी का सिर दर्द भी है वो कदे भी एक्सरसाइज नहीं लाएगा, पहली गल। दूसरी गल है कोई स्लॉट सिस्टम बना दे गवर्नमेंट, जो उन्होंने ज़्यादा ही लगता है स्लॉट सिस्टम बन जाएगा 5 बंदे या 10 बंदे तो ज़्यादा नहीं होएगा, असं उस हिसाब ना भी रेडी हैं। 90% जोड़े जिम है सारे रेंट के, जिदा सारे पता। तो अप्रोक्सीमेटली 1.5 से 2 लाख परिवार जोड़े है पंजाब चंडीगढ़ मोहाली पंजाब जोड़े जिमां पर डिपेंड ने। जिम के ना जिम इंडस्ट्री हैगी है, फूड सप्लीमेंट शॉप्स है, बहुत कुछ हैगा जोड़ा इस पर डिपेंड करता। नाले जे एक्सरसाइज करांगे तो फिट रहांगे, इम्यून सिस्टम अप होंगे। प्रशासन भाजी कोई गलबात नहीं कर रहा थानू, जिस तरह तुम कहने भी तुम थोड़े बंद जिम खोलोगे इस तरह की गलबात थोड़ी सुन नहीं रहे प्रशासन? नहीं, प्रशासन कोई गल नहीं कर रहा। प्रशासन का जोड़ा जी देखो जी सिस्टम सिंपल है, भी असं कुछ नहीं बंद करना, एक दिखाने वास्ते सिर्फ जिम बंद किए हुए हैं। अदरवाइज़ जिम के सारे पता है भी फिटनेस होंगी है, वो कोई इन्फेक्शन का डर नहीं हों, कोई कुछ नहीं होंगे है। अदरवाइज़ तुम मार्केट जाते ही हो, कितने सैनिटाइज हो रहा, कितने कुछ हो रहा, कितने सारी चीज़ों की पालना हो रही है, कोई गाइडलाइन नहीं फॉलो करी जा रही, ठीक है ना। सिर्फ जिम ही रोड खोल गई ओके, तो सिर्फ जिम ही नू ही टारगेट करके चला जा रहा सारे को। तो नहीं लगता कि सरकार ने ता दायित्व लाती हूँ, क्योंकि अमागौने मुंडे या फिर ट्रेनिंग लैन आते हूँ बहुत ज़्यादा रश पै जाता हो जिम? नहीं, ऐदा कुछ नहीं होंगे भाई साहब, सर्दियों का मौसम है, ठीक है ना। हार्डली 50 से 60 नॉर्मल जिम च मैंबर आते हैं, वो भी एटलीस्ट 10 घंटे के ऑन एवरेज ला के चलो, तो 5 से 7 जाने तो ज़्यादा मैंबर कोई भी किसी भी जिम च नहीं होंगे है। इस टाइम नॉर्मली ही जिम खाली होंगे है, नाले गवर्नमेंट जो जिम बंद करी एक लॉजिकल सानू दस्या जाए। मैं पिछले सर्च किया जिहड़ा जिम तो इन्फेक्शन है कोविड की, वो 0.0023% ऑल ओवर वर्ल्ड, तो फिर किस बिहाफ से बंद कर रहे जिम? कोई रीज़न दस्या जाए, थोड़ी है भी तुम कहो भी मैं थोड़े हाथ चो माइक खोला भी तू कम छड़ दे, तुम छड़ सकते हो कम, तुम प्रोटेस्ट करोगे, एटलीस्ट मैं थोड़ा रीज़न देवा ता ही करोगे कुछ, उस चीज़ का होना चाहिए ना। ये जे अपना देश आजाद है तो यदा मीनिंग भी कुछ होना चाहिए, भी ये देश आजाद है तो किस लिए आजाद है। भाजी मंथली किन्ना क खर्चा जोड़ा आ जाता है जिम के शॉप का, जिते भी थोड़ा होंगे? देखो मंथली जोड़ा मोहाली वर्गी सिटी हैगी है, जेडे नॉर्मल जिम है उन्होंने 60 से 70 हज़ार रुपये तक के नेड़े तेड़े रेंट हैगा, ठीक है। 40 से 45 हज़ार के करीब सैलरीज होंदिया, ठीक है। तो ऑन एवरेज सारे साल का ला के चलिए 10 से 15 हज़ार बिजली का बिल आता, ठीक है। ये सारा कुछ असी कढ़ते हैं ऑन एवरेज 1 से 1.25 लाख रुपया। पिछले साल भाजी फिर किदा होया सी जदों जिम्स बंद करती हैं, सारा फिर अपने खाते चो पाया गया जां फिर? हाँ जी, पिछले साल के भी भरे हैं, कुछ ऑनर कई ठीक ने उन्होंने माफ़ भी करे हैं, पर चार या 5 महीने जिस तरह बंद रहा वो तो सारा का बंदा कोई भी नहीं माफ़ करेगा, ठीक है। मेरा खुद का पिछला लास्ट का जोड़ा लॉकडाउन सेगा 30,000 पेंडिंग पे हजे मैं देना सगा, जोड़ा इस महीने सोच रहा है 10 इस महीने 10-10 करके, क्योंकि हमने जस्ट काम चलिया सगा। सिर्फ सर जिम दिवाली के नेे 4 या 5 दिन छुट्टियाँ होंदिया, वो मार सू 1.5 से 2 महीने पैंती है, ठीक है। तो ये हरेक साल बंद कर देने, रीजन हो कोई या तो यह भी इस साल लास्ट बार बंद कर जिम, ठीक है, इन्फेक्शन अगली बार नहीं आएगी, ठीक है ना। कोई ये तो नहीं है कि भी इन्फेक्शन हूँ एक इसी बार बंद हो जाएगी, तीसरी बार खुलिया है, पहली बार कोई इन्ना कोई डाटा नहीं, चलो सारा कुछ बंद करता, दूसरी बार डाटा से कोई यूज़ नहीं करे डाटा, सिर्फ जिम बंद करे हैं, तीसरी बार डाटा से फिर जिम बंद करे हैं। कोई रीज़न दस्या जाए भी भाई थोड़े जिम चो इदा इन्फेक्शन फैल रही है, ठीक है, इस करके फिटनेस सेंटर जिम वगैरह असं बंद कर रहे हैं, ठीक है ना। रीज़न कोई नहीं दसी जा रही, डाटा इन्ना कोई नहीं है, सिर्फ एक दिखाने वास्ते भी मैं कुछ नहीं कर रहा, चलो जिम बंद कर देने एडमिनिस्ट्रेशन से जा कुछ कुछ नहीं आएगा, ठीक है। PTC न्यूज़ से न्यूज़ आती है भी जिम ओपन ने, ठीक है, गाइडलाइनस के नाल 2 डोज लगिया हो जे सैकेंड ड्यू है तो ला सकता, जे ड्यू तो ओवर ड्यू हो गई है फिर नहीं लगा सकता, ठीक है। शाम को एडमिनिस्ट्रेशन संडे वाले दिन, अदरवाइज वैसे वर्किंग डे भी काम ना करते हो, बट संडे वाले दिन गाइडलाइन कटी जाती है जिम बंद, कि आ जिम वाले का मजाक हो रहा है, ठीक है। तुम मान दो एक नैशनल जो स्टेट का TV चैनल थोड़ा कह रहा भी तुम खोल रहे हो, ठीक है, उस तो बाद की कर रहे हो नाल दिन क्लोज कर रहे हो जिम, उन्होंने कोई गाइडलाइन आई है तो ही उन्होंने कहा, तो इन्होंने अपनी गाइडलाइन कट दी थी जी। बहुत बहुत धन्यवाद जी। सो देख सकते हो कि जिम वाले जो इतने ट्रेनर या जिन्हें खुद जिम के ऑनर आ उन्होंने लगातार जो धक्का सरकार वालों किया जा रहा है, जिते जाके जो कह सकते कि नौजवान ज जो लोग है अपनी बॉडी को फिट करते तो उन्होंने जोड़ा आ बंद कर दिता जाता, कोई भी जी हदायत गाइडलाइनस जी कोई भी उन्होंने नहीं बनाई गई। सो जिम वाले जोड़े वीर है उन्होंने वालों एसोसी
ਐਸੋਸੀਏਸ਼ਨ ਜਿਹੜੀ ਉਹਨਾਂ ਦੀ ਹੈਗੀ ਉਹਨਾਂ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਹੜਾ ਸ਼ਹੀਦਾਂ ਸਿੰਘਾਂ ਗੁਰਦੁਆਰੇ ਦੇ ਸਾਹਮਣੇ ਜਿਹੜਾ ਚੌਂਕ ਆ ਰੋਡ ਆ ਉਹ ਬਿਲਕੁਲ ਜਿਹੜਾ ਬੰਦ ਕਰ ਦਿੱਤਾ ਗਿਆ। ਤੁਸੀਂ ਇੱਥੇ ਲਾਈਵ ਤਸਵੀਰਾਂ ਦੇਖ ਸਕਦੇ ਹੋ ਸਾਹਮਣੇ, ਕਾਫੀ ਇੱਥੇ ਨੌਜਵਾਨ ਜਿਹੜੇ ਆ ਪਹੁੰਚੇ ਹੋਏ ਆ। ਸੋ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਲਈ ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਰੁਪਿੰਦਰ ਸਿੰਘ ਫਰੀਬਰਡ ਅਬਰੋਡ ਕੰਸਲਟੈਂਟ ਚੰਡੀਗੜ੍ਹ ਤੋਂ। ਜੇਕਰ ਤੁਸੀਂ ਕੀਤੀ ਹੋਈ ਹੈ ANM, GNM ਔਰ BSc ਨਰਸਿੰਗ ਔਰ ਤੁਹਾਡੇ ਕੋਲ ਹੈ IELTS ਵਿੱਚ 5.5 ਬੈਂਡ, ਤਾਂ ਤੁਸੀਂ ਕੈਨੇਡਾ ਦੇ ਵਿੱਚ ਪਰਮਾਨੈਂਟ ਸੈਟਲ ਹੋ ਸਕਦੇ ਹੋ। ਫਰੀਬਰਡ ਕੰਸਲਟੈਂਟ ਤੁਹਾਡੇ ਲਈ ਚੰਡੀਗੜ੍ਹ ਦੇ ਵਿੱਚ 29 ਜਨਵਰੀ 2022 ਨੂੰ ਮੈਗਾ ਸੈਮੀਨਾਰ ਲੈ ਕੇ ਆ ਰਹੇ ਹੈ, ਜਿਸ ਦਾ ਹਿੱਸਾ ਬਣ ਕੇ ਤੁਸੀਂ ਆਪਣੇ ਬਾਹਰ ਜਾਣ ਦੇ ਭਵਿੱਖ ਨੂੰ ਸੁਖਾਲਾ ਬਣਾ ਸਕਦੇ ਹੋ, ਵੀਜ਼ਾ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਨੀਚੇ ਦਿੱਤੇ ਗਏ ਨੰਬਰਾਂ 'ਤੇ ਕਾਲ ਕਰੋ। ਧੰਨਵਾਦ ਜੀ।